today i am going to give you a centroidy of poem the road not taken the poem tell us the importance of choice in man's life a poem de vich sanu dassya janda hai ki importance ki hai manukh di zindagi de vich choice karna koi cheez chunna a man has to make choice at the turn of life kise bhi vyakti nu choice karni pendi hai zindagi de ek mod de utte koi ek cheez chunni pendi hai ਇਟ ਕੈਨ ਮੇਕ ਆਲ ਦਾ ਡਿਫਰੈਂਸ ਟੂ ਹਿਸ ਲਾਈਫ ਇਹਦੇ ਨਾਲ ਉਹਦੀ ਜ਼ਿੰਦਗੀ ਬਦਲ ਜਾਂਦੀ ਆ ਵਾਂਸ ਅ ਪੋਇਟ ਵਾਸ ਟਰੈਵਲਿੰਗ ਅਲੋਨ ਇੱਕ ਵਾਰ ਪੋਇਟ ਆ ਜਿਹੜਾ ਉਹ ਟਰੈਵਲ ਕਰ ਰਿਹਾ ਸੀ ਕੱਲਾ ਹੀ ਸਫਰ ਕਰ ਰਿਹਾ ਸੀ ਕੱਲਾ ਹੀ ਹੀ ਰੀਚਡ ਅ ਪੁਆਇੰਟ ਉਹ ਇੱਕ ਜਗ੍ਹਾ ਦੇ ਉੱਤੇ ਪਹੁੰਚਦਾ ਵੇਅਰ ਦਾ ਰੋਡ ਡਿਵਰਸ ਇਨਟੂ ਟੂ ਡਿਫਰੈਂਟ ਡਾਇਰੈਕਸ਼ਨ ਜਿੱਥੇ ਜਿਹੜਾ ਰੋਡ ਆ ਉਹ ਵੰਡਿਆ ਜਾ ਰਿਹਾ ਸੀ ਦੋ ਡਾਇਰੈਕਸ਼ਨਸ ਦੇ ਉੱਤੇ ਹੀ ਵਾਸ ਇਨ ਅ ਫਿਕਸ ਉਹ ਦੁਬਿਧਾ ਦੇ ਵਿੱਚ ਪੈ ਜਾਂਦਾ ਟੂ ਡਿਸਾਈਡ ਇਹ ਡਿਸਾਈਡ ਕਰਨ ਦੇ ਲਈ ਵਿਚ ਰੋਡ ਟੂ ਟੇਕ ਕਿ ਦੋ ਰੋਡ ਦੇ ਵਿੱਚੋਂ ਕਿਹੜਾ ਰੋਡ ਤੇ ਉਹ ਚੱਲੇ ਫਾਈਨਲੀ ਅੰਤ ਵਿੱਚ ਹੀ ਡਿਸਾਈਡਡ ਟੂ ਟੇਕ ਦਾ ਲੈਸ ਟਰੈਵਲ ਰੋਡ ਅੰਤ ਵਿੱਚ ਉਹ ਕੀ ਕਰਦਾ ਆ ਉਹ ਉਹ ਰੋਡ ਦੇ ਉੱਤੇ ਚੱਲਦਾ ਜਿੱਥੇ ਬਹੁਤ ਘੱਟ ਲੋਕਾਂ ਨੇ ਸਫਰ ਕੀਤਾ ਹੁੰਦਾ ਆ ਐਂਡ ਦਿਸ ਚੁਆਇਸ ਮੇਡ 올 ਡਿਫਰੈਂਸ ਤੇ ਉਹਦੀ ਜਿਹੜੀ ਚੁਆਇਸ ਸੀ ਉਹ ਦੂਜਿਆਂ ਦੇ ਨਾਲੋਂ ਵੱਖਰੀ ਸੀ ਦਾ ਪੋਇਮ ਇਜ਼ ਰਿਟਨ ਬਾਈ ਰੋਬਰਟ ਫ੍ਰੋਸਟ It's your central idea of poem The Road Not Taken. If you like my video, kindly share it, subscribe my channel. Thanks for watching.